ਨਸ਼ੇ ਦੇ ਖਿਲਾਫ ਵਧਦੇ ਹੋਏ ਪ੍ਰਚਾਲਨ ਦੇ ਖਿਲਾਫ ਹੁਣ ਨਿਆਂਪਾਲਿਕਾ ਵੀ ਅੱਗੇ ਆਈ ਹੈ। ਇਸ ਕੜੀ ਤਹਿਤ ਅੱਜ ਵਿਸ਼ੇਸ਼ ਮਾਰਚ ਨਸ਼ੇ ਦੇ ਖਿਲਾਫ ਅੰਮ੍ਰਿਤਸਰ ਵਿੱਚ ਕੱਢਿਆ ਗਿਆ, ਜਿਸ ਵਿੱਚ ਨਿਆਂਪਾਲਿਕਾ ਦੇ ਜੱਜ ਤੇ ਵਕੀਲ ਸਮੁਦਾਇ ਦੇ ਲੋਕ, ਪੁਲਿਸ, ਡਾਕਟਰ ਅਤੇ ਬੱਚਿਆਂ ਨੇ ਸ਼ਿਰਕਤ ਕੀਤੀ। ਇਹ ਮਾਰਚ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਤੋਂ ਸ਼ੁਰੂ ਹੋ ਕੇ ਜਲਿਆਂਵਾਲੇ ਬਾਗ ਜਾ ਕੇ ਸੰਪੰਨ ਹੋਇਆ। ਇਸ ਮੌਕੇ ਨਸ਼ਾ ਇੱਕ ਸਮਾਜਿਕ ਬੁਰਾਈ ਹੋਣ ਦਾ ਸੰਦੇਸ਼ ਵੀ ਦਿੱਤਾ ਗਿਆ ਤੇ ਉਹਨਾਂ ਕਿਹਾ ਕਿ ਅੱਜ ਇਸ ਨੂੰ ਖਤਮ ਕਰਨ ਦੀ ਜ਼ਰੂਰਤ ਹੈ। ਗਲਤ ਹੈ ਕਿ ਪੰਜਾਬ ਵਿੱਚ ਡਰੱਗ ਅਬਿਊਜ਼ ਇੰਨਾ ਵੱਧ ਰਿਹਾ, ਮੈਂ ਇਸ ਗੱਲ ਨਾਲ ਨਿੱਜੀ ਤੌਰ 'ਤੇ ਸਹਿਮਤ ਨਹੀਂ ਹਾਂ। ਇਹ ਜ਼ਰੂਰ ਹੈ ਕਿ ਸਮੱਸਿਆ ਹੈ, ਪਰ ਅਸੀਂ ਸਾਰੇ ਮਿਲ ਕੇ ਇਸ ਚੀਜ਼ ਦਾ ਇੱਕ ਅਭਿਆਨ ਸ਼ੁਰੂ ਕਰ ਰਹੇ ਹਾਂ ਔਰ ਇਹ ਕੰਟੀਨਿਊਸ ਇੱਕ ਦਿਨ ਦਾ ਕੰਮ ਨਹੀਂ ਹੈ, ਰੋਜ਼ ਦੀ ਨੰਬਰ ਆਫ ਸੀਰੀਜ਼ ਦਾ ਮੀਟਿੰਗਸ ਦਾ ਕੰਮ ਹੈ, ਫੰਕਸ਼ਨਸ ਦਾ ਕੰਮ ਹੈ, ਜਿਸ ਦੇ ਵਿੱਚ ਦੋ ਤਿੰਨ ਪੱਖਾਂ ਤੋਂ ਇਹ ਮੂਵਮੈਂਟ ਚਲਾਈ ਜਾ ਰਹੀ ਹੈ। ਇੱਕ ਡਰੱਗ ਸਪਲਾਈ ਕਰਨ ਵਾਲਿਆਂ ਨੂੰ, ਵੇਚਣ ਵਾਲਿਆਂ ਨੂੰ, ਉਹਨਾਂ ਦੇ ਆਕਾਮਾਂ ਨੂੰ ਪਕੜਨਾ, ਦੂਸਰਾ ਜਿਹੜੇ ਕੰਜ਼ੂਮਰ ਜਿਹੜੇ ਐਡਿਕਟ ਹੋ ਚੁੱਕੇ ਨੇ ਉਹਨਾਂ ਨੂੰ ਟ੍ਰੀਟਮੈਂਟ, ਥਰਡ ਇਸ ਕਿ ਜਿਹੜੇ ਨਹੀਂ ਲੱਗੇ ਉਹਨਾਂ ਦੇ ਵਿੱਚ ਅਵੇਅਰਨੈਸ, ਇੱਕ ਪਬਲਿਕ ਮਾਸ ਮੂਵਮੈਂਟ ਦੇ ਤੌਰ 'ਤੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਸੱਦਾ ਦੇਣਾ। ਅੱਜ ਡਿਸਟ੍ਰਿਕਟ ਲੀਗਲ ਏਡ ਅਥਾਰਟੀ ਵੱਲੋਂ ਇਹ ਪ੍ਰੋਗਰਾਮ ਔਰਗੇਨਾਈਜ਼ ਕੀਤਾ ਗਿਆ, ਇਸ ਤੋਂ ਬਿਨਾਂ ਬਹੁਤ ਸਾਰੇ ਸਮਾਜ ਦੇ ਵੱਖ ਵੱਖ ਅੰਗਾਂ ਵੱਲੋਂ ਹਮੇਸ਼ਾ ਹੀ ਪ੍ਰੋਗਰਾਮ ਔਰਗੇਨਾਈਜ਼ ਕੀਤਾ ਜਾਂਦਾ। ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਅੱਜ ਦਾ ਇੱਕ ਦਿਨ ਦਾ ਸਿਰਫ ਪ੍ਰੋਗਰਾਮ ਨਹੀਂ ਹੈ, ਇਹ ਪ੍ਰੋਗਰਾਮ ਸੀਰੀਜ਼ ਆਫ ਪ੍ਰੋਗਰਾਮਸ ਦੇ ਵਿੱਚ ਇੱਕ ਹੈ। ਅੱਜ ਲੀਗਲ ਏਡ ਅਥਾਰਟੀ ਵੱਲੋਂ ਕੀਤਾ ਗਿਆ, ਕੱਲ੍ਹ ਨੂੰ ਕਿਸੇ ਡਾਕਟਰ ਸਾਹਿਬਾਨ ਦੇ ਗਰੁੱਪ ਵੱਲੋਂ ਕੀਤਾ ਜਾਣਾ, ਉਸ ਤੋਂ ਬਾਅਦ ਕਿਸੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤਾ ਜਾਣਾ, ਉਸ ਤੋਂ ਬਾਅਦ ਕਿਸੇ ਕਿਸੇ ਮਾਰਕੀਟ ਐਸੋਸੀਏਸ਼ਨ ਵੱਲੋਂ ਕੀਤਾ ਜਾਣਾ। ਸੋ ਇਟ ਇਜ਼ ਅ ਪਾਰਟ ਆਫ ਦਾ ਸੀਰੀਜ਼। ਸੋ ਇੱਕ ਤਰ੍ਹਾਂ ਦਾ ਮਾਈਂਡਸੈਟ ਚੇਂਜ ਕਰਨ ਲਈ, ਲੋਕਾਂ 'ਚ ਅਵੇਅਰਨੈਸ ਲਿਆਉਣ ਦੇ ਲਈ ਕਿ ਇਹ ਜਿਹੜੀ